ਬਾਗੇ ਪੁਰਾਣੇ ਵਾਲਿਓ
ਹਾਲ ਚਾਲ ਝਾੜੂ ਵਾਲਾ ਬਟਨ ਦੱਬਣ ਨੂੰ ਤਿਆਰ ਵੀਰੋ 20 ਤਰੀਕ ਨੂੰ ਟਾਈਮ ਆ ਗਿਆ ਆ ਜਿਹੜੇ ਮੋਟਰਸਾਈਕਲ ਵਾਲੇ ਮੇਰੇ ਨੌਜਵਾਨ ਵੀਰ ਫਿਰਦੇ ਨੇ ਆਪਦੇ ਪੱਲਿਓਂ ਤੇਲ ਪਵਾ ਕੇ ਇਹਨਾਂ ਨੂੰ ਤੇਲ ਦਾ ਵਿਆਜ ਸਮੇਤ ਮੁੱਲ ਮੋੜਾਂਗੇ ਇਹਨਾਂ ਨੂੰ ਨੌਕਰੀਆਂ ਦੇ ਕੇ ਪੈਟਰੋਲ ਪੰਪਾਂ ਚ ਕੋਟਾ ਰੱਖਾਂਗੇ ਬੇਰੁਜ਼ਗਾਰਾਂ ਦਾ ਇਹਨਾਂ ਦੇ ਆਪਦੇ ਪੰਪ ਹੋਣਗੇ ਬੱਸਾਂ ਚ ਕੋਟਾ ਰੱਖਾਂਗੇ ਅਸੀਂ ਤੁਹਾਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਦੇਣ ਵਾਲੇ ਬਣਾਵਾਂਗੇ ਸਵੀਰੋ ਹੈਲੋ ਕੱਲ ਪਰਸੋਂ ਰੋਈ ਜਾਂਦਾ ਸੀ ਕੀ ਕਹਿੰਦਾ ਸੀ ਮੈਨੂੰ ਬੱਚਾ ਸਮਝ ਕੇ ਮਾਫ ਕਰ ਦੇ ਹੁਣ ਕਹਿੰਦੇ ਮਾਫ ਕਰ ਦੋ ਦੁਕਾਨਦਾਰਾਂ ਦੇ ਕੱਲਿਆਂ ਚੋਂ ਪੈਸੇ ਕੱਢ ਲੈਂਦੇ ਵੀਰੋ ਇਹ ਮਾਫੀਆਂ ਦੇ ਕਾਬਲ ਨਹੀਂ ਹੈਗੇ ਆਪਣਾ ਉਮੀਦਵਾਰ ਪੜ੍ਹਿਆ ਲਿਖਿਆ ਅੰਮ੍ਰਿਤਪਾਲ ਸੁਖਾਨੰਦ ਸੋ ਵੀਰੋ ਆ ਦੇਖ ਲੈ ਉਹ ਵੀ ਇੱਧਰ ਹੀ ਦੇਖਦਾ ਹਿੱਲੇ ਪਏ ਨੇ ਸਾਰੇ ਹਿੱਲੇ ਪਏ ਨੇ ਕੋਈ ਕੁਛ ਬੋਲੀ ਜਾਂਦਾ ਕੋਈ ਕੁਛ ਬੋਲੀ ਜਾਂਦਾ ਜਿਹਦਾ ਮਰਜ਼ੀ ਭਾਸ਼ਣ ਸੁਣ ਲਓ ਜੇ 20 ਮਿੰਟ ਬੋਲਦਾ 18 ਮਿੰਟ ਭਗਵੰਤ ਮਾਨ ਕੇਜਰੀਵਾਲ ਭਗਵੰਤ ਮਾਨ ਕੇਜਰੀਵਾਲ ਲਓ ਹੁਣ ਤੁਹਾਨੂੰ 70 ਸਾਲ ਪੁਰਾਣੀ ਕਈ ਪੀੜ੍ਹੀਆਂ ਦੀ ਪੜਾਸ ਕੱਟਣ ਲਈ 20-25 ਸਕਿੰਟ ਦਿੱਤੇ ਜਾਣਗੇ ਚੀਕਾਂ ਮਾਰ ਕੇ ਆਪਣੀ ਪੜਾਸ ਕੱਟ ਲਈ ਬਜੇ ਕਿਸੇ ਦੇ ਮੈਂ ਅੱਗੇ ਬਹੁਤ ਦੂਰ ਤੱਕ ਜਾਣਾ ਅੱਜ ਬਹੁਤ ਬਹੁਤ ਮਿਹਰਬਾਨੀ ਜਾਉਂਦੇ ਵਸਦੇ ਰਹੋ ਝਾੜੂ ਦੱਬ ਦਿਓ ਉਹ ਤੋਂ ਬਾਅਦ ਆਵਾਂਗੇ ਫਿਰ ਇੱਥੇ ਉਹ ਤੋਂ ਬਾਅਦ ਆਵਾਂਗੇ 11-12 ਮਾਰਚ ਤੋਂ ਬਾਅਦ ਆਵਾਂਗੇ ਫਿਰ ਕਰਾਂਗੇ ਸ਼ੁਰੂ ਵਾਗੇ ਪੁਰਾਣੀ ਤੋਂ ਕੰਮ ਪੈਨ ਮੇਰੇ ਕੋਲ ਹੋਊ ਫੈਸਲੇ ਤੁਹਾਡੇ ਹੋਣਗੇ ਸਾਈਨ ਮੈਂ ਕਰੂੰਗਾ ਜਿੰਦਾਬਾਦ ਚਲੋ ਚਲੋ ਵੀਰੋ ਇੱਕ ਬੰਡੂਆ ਕਿਸੇ ਦਾ ਡਿੱਗਿਆ ਸਾਨੂੰ ਮਿਲਿਆ ਇਹ ਜਗਤਾਰ ਸਿੰਘ ਹੈ ਜੀ ਸਨ ਆਫ ਗੁਰਨਾਮ ਸਿੰਘ ਭਲੂਰ ਤਹਿਸੀਲ ਬਾਘਾ ਪੁਰਾਣਾ ਤੇ ਆ ਮੈਂ ਆ ਫਰਕ ਹੈ ਜੀ ਆਮ ਆਦਮੀ ਪਾਰਟੀ ਡਿੱਗੇ ਹੋਏ ਬਟੂਏ ਵਾਪਸ ਕਰਦੀ ਹੈ ਤੇ ਉਹ ਦੋਨੇ ਆਪਣੀਆਂ ਜੇਬਾਂ ਕੱਢਦੇ ਨੇ ਚਲੋ
आम आदमी पार्टी के सीएम उम्मीदवार पंजाब की आन बान शान सरदार भगवंत मान तुहाडे विच पहुंच चुके हैं।